ਬੰਦ ਦੁਕਾਨ ਦਵਾਈਆਂ ਦੀ। ਇਹ ਸਾਡੇ ਪਿੰਡਾਂ ਵਿੱਚ ਨਾ ਕਈ ਡਾਕਟਰ ਲੋਕ ਆਪ ਹੀ ਬਣ ਜਾਂਦੇ ਆ ਪਿੰਡਾਂ ਵਿੱਚ। ਆਮ ਤੌਰ 'ਤੇ ਜੇ ਕਿਸੇ ਦਾ ਸਿਰ ਦੁਖਦਾ ਹੋਵੇ ਸੈਰਾਡੋਨ ਖਾ ਲਓ, ਡਿਸਪਰੀਨ ਖਾ ਲਓ, ਇਹ ਆਮ ਹੀ ਦਵਾਈਆਂ ਹੁੰਦੀਆਂ। ਕਈ ਇਹਦਾ ਕਮਜ਼ੋਰੀ ਆ ਗਏ। ਇਹ ਅੱਜ ਕੱਲ੍ਹ ਬਹੁਤ ਇੱਕ ਚੱਲਣ ਬਣਿਆ, ਤੁਸੀਂ ਅਖਬਾਰਾਂ ਦੇਖ ਲਓ, ਫੇਸਬੁੱਕ ਖੋਲ੍ਹ ਲਓ, ਯੂਟਿਊਬ ਖੋਲ੍ਹ ਲਓ, ਇੰਨੇ ਵੈਦ ਬੈਠੇ ਨਾ, ਜਿਹੜਾ ਆਉਂਦਾ ਉਹ ਸਮਝਦਾ ਵੀ ਮੈਂ ਹੀ ਵੈਦ ਹੈ, ਮੈਂ ਹੀ ਲੋਕਮਾਨ ਹਕੀਮ ਹੈ। ਇਹ ਅੱਜ ਦੀ ਗੱਲ ਮੈਂ ਤੁਹਾਨੂੰ 1980 ਦੀ ਗੱਲ ਦੱਸਦਾ। ਉਦੋਂ ਮੇਰੀ ਸਿਹਤ ਵੀ ਇੱਦਾਂ ਦੀ ਹੁੰਦੀ ਸੀ, ਉਦੋਂ ਪੈਗ ਸ਼ੈਗ ਲਾਉਂਦੇ ਹੁੰਦੇ ਸੀ, ਸਿਹਤ ਦਿਨੋਂ ਦਿਨ ਖਰਾਬ ਹੀ ਹੁੰਦੀ ਹੁੰਦੀ ਹੈ। ਸਾਹਮਣੇ ਸਾਡੇ ਇੱਕ ਬੋਰਡ ਲਗਾ ਕੇ ਜਿਹੜੀ ਡਾਕਟਰ ਦੀ ਉੱਤੇ ਫੋਟੋ ਸੀ, ਤੁਸੀਂ ਦੇਖੀ ਲਾਜ਼ਮੀ ਹੋਣੀ ਹੈ, ਹਰਭਜਨ ਸਿੰਘ ਜੋਗੀ ਸਾਹਿਬ ਪਸਤੌਲ ਵਾਲੀ ਉਹਨਾਂ ਦੇ ਫੋਟੋ ਲਾਈ ਹੋਈ, ਅੱਡ ਅੱਡੀਆਂ ਮੁੱਛਾਂ, ਐਡਾ ਚਿਹਰਾ, ਐਡਾ ਜੱਬਰੂ ਜਵਾਨ, ਐਂ ਲੱਗੇ ਵੀ ਬਸ ਇਹ ਦੁਨੀਆਂ 'ਚ ਇਕੱਲਾ ਇਹੋ ਜਵਾਨ ਹੈ। ਮੈਂ ਸੋਚਿਆ ਇਹਨਾਂ ਕੋਲ ਦਵਾਈ ਲੈ ਲੈਂਦੇ ਹਾਂ, ਕਿੰਨੇ ਗੱਭਰੂ ਨੇ ਡਾਕਟਰ ਸਾਹਿਬ ਆਪ ਹੀ ਐਡੇ ਸੋਹਣੇ, ਉੱਤੋਂ ਪਸਤੌਲ ਲਾਇਆ ਹੋਇਆ। ਮੈਂ ਪਸਤੌਲ ਇਸ ਕਰਕੇ ਲਾਇਆ ਵੀ ਦਵਾਈ ਨਹੀਂ ਖਾਏਗਾ ਤਾਂ ਗੋਲੀ ਮਾਰ ਦੂੰਗਾ। ਇੱਦਾਂ ਮੈਂ ਅੰਦਰ ਚਲੇ ਗਿਆ, ਮੈਂ ਬੂਹਾ ਖੜਕਾਇਆ, ਅੰਦਰ ਇੱਕ ਬਜ਼ੁਰਗ ਨਿਕਲੇ, ਕੌਣ ਹੈ? ਮੈਂ ਕਿਹਾ ਜੀ ਮੈਂ ਜੋਗੀ ਸਾਹਿਬ ਨੂੰ ਮਿਲਣਾ ਹੈ। ਕਹਿੰਦੇ ਬੇਟੇ ਆ ਜਾ ਅੰਦਰ, ਮੈਂ ਹੀ ਹਾਂ ਜੋਗੀ। ਮੈਂ ਕਿਹਾ ਤੁਹਾਡਾ ਇਹ ਤੁਸੀਂ ਜੋਗੀ ਹੈ, ਇਹ ਫੋਟੋ ਤੁਹਾਡੀ ਹੈ? ਕਹਿੰਦਾ ਪੁੱਤਰ ਇਹ ਫੋਟੋ 30 ਸਾਲ ਪਹਿਲਾਂ ਦੀ, ਜਦੋਂ ਮੈਂ ਜਵਾਨ ਹੁੰਦਾ ਸੀ। ਮੈਂ ਕਿਹਾ ਜੀ ਮੈਂ ਵੀ ਹੁਣ 30 ਸਾਲ ਬਾਅਦ ਹੀ ਆਊਂਗਾ, ਜਿਹੜੀ ਤੁਹਾਡੀ ਫੋਟੋ ਇੱਦਾਂ ਦੀ ਹੈ। ਫੋਟੋ ਲਾ ਕੇ ਭੁਲੇਖਾ ਪਾਈ ਜਾਂਦੇ ਵੀ ਸਾਡੇ ਨਾਲ ਦੀ ਦਵਾਈ ਕੋਈ ਨਹੀਂ ਦਿੰਦਾ। ਸਭ ਤੋਂ ਵਧੀਆ ਦਵਾਈ, ਖੁਸ਼ ਰਹੋ, ਹੱਸੋ ਖੇਡੋ, ਕਿਸੇ ਦਾ ਬੁਰਾ ਨਾ ਕਰੋ, ਆਪਣਾ ਕੰਮ ਕਰੋ ਅਤੇ ਮਜ਼ੇ ਲਓ। 4 ਦਿਨ ਜ਼ਿੰਦਗੀ ਦੀ ਇਹੋ ਹੀ ਹੈ, ਖਾਣੀਆਂ ਅਤੇ 2 ਰੋਟੀਆਂ, ਉਹ ਗੱਲ ਹੋ ਜਾਂਦੀ। ਹਾਂਜੀ, ਹੌਲਦਾਰ ਗੁਰਵਿੰਦਰ ਸਿੰਘ ਜੀ, ਹੌਲਦਾਰ ਗੁਰਵਿੰਦਰ ਸਿੰਘ ਜੀ ਤਲਵੰਡੀ ਭਾਈ ਤੋਂ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਹੈ। ਹੌਲਦਾਰ ਕੁਲਦੀਪ ਸਿੰਘ ਜੀ, ਥਾਣਾ ਸਦਰ ਜੀ, ਔੜਾ ਕੀ ਆ, ਪੜਿਓ ਜੀ ਕੀ ਲਿਖਿਆ ਹੈ। ਥਾਣਾ ਸਦਰ ਮੋਗਾ, ਮੈਂ ਜੀ ਗਲਤ ਬੋਲਿਆ ਗਿਆ ਭਾਈ ਰਾਜ, ਫਿਰ ਖੜੇ ਹੋ ਜਾਣੇ। ਸੋ ਉਹਨਾਂ ਵੱਲ ਬਹੁਤ ਸਾਰਾ ਮਾਣ ਹੈ, ਮਿਹਰਬਾਨੀ, ਸ਼ੁਕਰੀਆ। ਸੋ ਬੇਨਤੀ ਇਹ ਹੈ, ਦਵਾਈਆਂ ਦੀ ਗੱਲ ਚੱਲੀ ਹੈ, ਮੈਂ ਤੁਹਾਨੂੰ ਇੱਕ ਸ਼ਾਰਟ ਜੀ ਗੱਲ ਸੁਣਾਉਣਾ। ਅੱਜ ਠੰਡ ਬੜੀ ਹੈ, ਸਾਡਾ ਪ੍ਰੋਗਰਾਮ ਹਰ ਸਾਲ ਸ਼੍ਰੀਨਗਰ ਹੁੰਦਾ, ਕਿਉਂਕਿ ਸਾਡੇ ਕੋਲ 15 ਪ੍ਰੋਗਰਾਮ ਅਸੀਂ ਫੌਜੀ ਭਰਾਵਾਂ ਨੂੰ ਖੁਸ਼ ਕਰਨਾ ਹੁੰਦਾ, ਅਸੀਂ ਸ਼੍ਰੀਨਗਰ ਜਾਂਦੇ ਲਾਜ਼ਮੀ ਪ੍ਰੋਗਰਾਮ ਕਰਨ ਵਾਸਤੇ। ਆ ਪਿਛਲੇ ਮਹੀਨੇ ਗਏ ਸੀ, ਤੁਸੀਂ ਤੁਹਾਨੂੰ ਪਤਾ ਵੀ ਠੰਡ, ਹੁਣ ਵੀ ਪਿਛਲੇ ਮਹੀਨੇ ਬੜੀ ਠੰਡ ਸੀ। ਸ਼੍ਰੀਨਗਰ ਜਾ ਰਹੇ, ਮੈਂ ਹਾਕਮ ਸਾਹਿਬ ਸਾਰੇ ਜਣੇ, ਰਾਜ ਕੀ ਦੇਖਿਆ, ਬਰਫ਼ ਹੀ ਬਰਫ਼, ਬਰਫ਼ ਹੀ ਬਰਫ਼। ਬਰਫ਼ ਦੇ ਉੱਤੇ ਇੱਕ ਸਾਧੂ ਬੈਠਾ, ਬਰਫ਼ ਦੇ ਨਾਲ ਬਿਲਕੁਲ ਨੀਲਾ ਹੋਇਆ ਪਿਆ, ਬਸ ਵਿੱਚ ਤੀਲਾ ਪਾਉਣ ਦੀ ਲੋੜ ਸੀ, ਕੁਲਫੀ ਤਿਆਰ ਹੀ ਸੀ। ਮੈਂ ਸੋਚਿਆ ਠੰਡ ਨਾ ਮਰ ਜਾਏ, ਮੈਂ ਹਾਕਮ ਭਾਜੀ ਗੱਡੀ ਰੋਕੋ, ਮੈਂ ਉਹ ਬਾਬੇ ਨੂੰ ਕਾਰ 'ਚ ਪਾ ਲਿਆ, ਮੈਂ ਆਪਣੇ ਨਾਲ ਲੈ ਗਿਆ। 4-5 ਦਿਨ ਉਹਦੀ ਮੈਂ ਬੜੀ ਸੇਵਾ ਕੀਤੀ, ਰਾਮ ਰੂਮ ਪਿਆਈ, ਉਹਨੂੰ ਥੋੜ੍ਹਾ ਜਿਹਾ ਗਰਮ ਕੀਤਾ। ਅਤੇ ਜਦੋਂ ਮੈਂ ਹਾਂ ਬਾਬਾ ਜੀ ਹੁਣ ਐਂ ਕਰੋ ਵੀ ਅਸੀਂ ਹੁਣ ਜਾਣਾ ਅੱਗੇ ਪ੍ਰੋਗਰਾਮ ਕਰਨ ਵਾਸਤੇ ਲੇਹ ਲਦਾਖ ਵੱਲ ਨੂੰ, ਉੱਧਰ ਨੂੰ ਸਾਡਾ ਟੂਰ ਹੈ, ਅਤੇ ਤੁਸੀਂ ਤਾਂ ਜੇ ਕੋਈ ਤੁਹਾਡਾ ਘਰ ਹੈਗਾ, ਕੋਈ ਐਡਰੈਸ ਹੈਗਾ ਦੱਸੋ, ਤੁਹਾਨੂੰ ਘਰ ਛੱਡੇ ਆਈਏ। ਕਹਿੰਦਾ ਬੇਟਾ ਸੰਤਾਂ ਦਾ ਕੀ ਪੁੱਤਰ, ਸੰਤ ਜਿੱਥੇ ਬੈਠੇ ਬੱਚਿਆਂ ਸਾਡਾ ਉੱਥੇ ਡੇਰਾ, ਤੂੰ ਮੇਰੀ ਬੜੀ ਸੇਵਾ ਕੀਤੀ, ਮੈਂ ਤੇਰੇ 'ਤੇ ਪ੍ਰਸੰਨ ਹੋ ਗਿਆ, ਮੰਗ ਕੀ ਮੰਗਦਾ। ਮੈਂ ਕਿਹਾ ਜੀ ਉਸ ਰੱਬ ਦਾ ਦਿੱਤਾ ਹੋਇਆ, ਮੇਰੇ ਕੋਲ ਕੁਛ ਵੀ ਹੈ ਨਹੀਂ, ਜੋ ਮਰਜ਼ੀ ਦੇ ਦਿਓ। ਉਹਨੇ ਜੇਬ 'ਚ ਹੱਥ ਪਾਇਆ, ਮੈਂ ਸੋਚਿਆ ਕੋਈ ਖਾਸ ਚੀਜ਼ ਕੱਢੂਗਾ, ਪਰ ਕੁਛ ਨਹੀਂ ਕੱਢਿਆ ਕੁੱਢਿਆ, 4-5 ਕਾਲੀਆਂ ਕਾਲੀਆਂ ਮੈਨੂੰ ਗੋਲੀਆਂ ਕੱਢ ਕੇ ਫੜਾਤੀਆਂ। ਮੈਂ ਮਹਾਰਾਜ ਕੀ ਹੈ? ਕਹਿੰਦਾ ਬੇਟਾ ਇਹ ਕੋਈ ਆਮ ਗੋਲੀਆਂ ਨਹੀਂ ਬੱਚਿਆ। ਮੈਂ ਕਿਹਾ ਜੀ ਇਹਨਾਂ ਦਾ ਫਾਇਦਾ ਦੱਸੋ। ਕਹਿੰਦਾ ਪੁੱਤਰ ਇਹ ਉਮਰ ਘਟਾਊ ਗੋਲੀਆਂ ਨੇ। ਮੈਂ ਕਿਹਾ ਜੀ ਫਾਇਦਾ ਇਹਨਾਂ ਦਾ ਕੀ? ਕਹਿੰਦਾ ਪੁੱਤਰ ਜਿਸ ਵੇਲੇ 50 ਸਾਲ ਦਾ ਬੁੱਢਾ ਹੋ ਜਾਏਗਾ, ਬਜ਼ੁਰਗ ਹੋ ਜਾਏਗਾ, ਗੋਡੇ ਰਹਿ ਜਾਣ, ਗਿੱਟੇ ਰਹਿ ਜਾਣ, ਬਸ ਇੱਕ ਗੋਲੀ ਖਾਈ ਤੂੰ ਫਿਰ 25 ਸਾਲ ਦਾ ਨੌਜਵਾਨ ਬਣ ਜਾਏਗਾ। ਮੈਂ ਸੋਚਿਆ ਵੀ ਗੋਲੀਆਂ ਬੜੀਆਂ ਕੀਮਤੀ, ਕਿਤੇ ਸਫ਼ਰ ਦੇ ਵਿੱਚ ਗੋਮੀ ਨਾ ਹੋ ਜਾਣ, ਸਟੇਜ ਦੇ ਨਾ ਇੱਧਰ ਉੱਧਰ ਹੋ ਜਾਏ। ਉਹ ਗੋਲੀਆਂ ਮੈਂ ਸ਼੍ਰੀਨਗਰ ਤੋਂ ਲੁਧਿਆਣੇ ਆਪਣੀ ਮੰਮੀ ਜੀ ਨੂੰ ਪਾਰਸਲ ਕਰਕੇ ਭੇਜ ਦਿੱਤੀਆਂ ਘਰ, ਨਾਲੇ ਹਦਾਇਤ ਕੀਤੀ ਵੀ ਸਾਂਭ ਕੇ ਰੱਖਿਓ। ਥੋੜ੍ਹੇ ਦਿਨਾਂ ਬਾਅਦ ਮੈਂ ਟੈਲੀਗ੍ਰਾਮ ਪਾਈ ਵੀ ਮੈਂ ਆ ਰਿਹਾ ਤੁਹਾਡੇ ਵਾਸਤੇ ਸੇਬਾਂ ਦੀਆਂ ਪੇਟੀਆਂ ਲੈ ਕੇ, ਮੈਨੂੰ ਸਟੇਸ਼ਨ 'ਤੇ ਲੈਣ ਆਓ। ਮੈਂ ਗੱਡੀ ਉਤਰਿਆ, ਕੋਈ ਨਹੀਂ ਆਇਆ, ਪਰ ਕੀ ਦੇਖਿਆ ਕਿ ਬੜੀ ਸੋਹਣੀ ਕੁੜੀ, ਬੜੀ ਜਵਾਨ ਲੜਕੀ।
ਨਿਕਾ ਜਾ ਉਹਨੇ ਨਿਆਣਾ ਕੁਛੜ ਚੁੱਕਿਆ ਹੋਇਆ ਮੈਨੂੰ ਆਜਾ ਮਾਰੇ ਨੀ ਮਾਂ ਸਦਕੇ ਆ ਜਾ ਮੇਰਾ ਪੁੱਤ ਮੇਰੇ ਗੜੇ ਲੱਗ ਜਾ ਮੈਂ ਬੜਾ ਮੈਨੂੰ ਸੰਗ ਜੀ ਆਵੇ ਮੈਂ ਐਡੀ ਸੋਹਣੀ ਕੁੜੀ ਹੈ ਮੈਨੂੰ ਪੁੱਤ ਪੁੱਤ ਕਹੀ ਜਾਂਦੀ ਮੈਂ ਉਹਦੇ ਕੋਲ ਕਿਹਾ ਭੈਣ ਜੀ ਤੁਹਾਨੂੰ ਕੋਈ ਭੁਲੇਖਾ ਲੱਗਿਆ ਤੁਸੀਂ ਮੈਨੂੰ ਪੁੱਤ ਕਿਹੜੇ ਹਿਸਾਬ ਨਾਲ ਕਿਹਾ ਗਗਨ ਕਹਿੰਦੀ ਵੇ ਪੁੱਤ ਮੈਨੂੰ ਪਛਾਣ ਮੈਂ ਤੇਰੀ ਮਾਂ ਮੈਂ ਮੇਰੀ ਮਾਂ ਇੰਨੀ ਪਿੰਗੀ ਡੱਡੀ ਜੀ ਹੈ ਨਹੀਂ ਮੇਰੀ ਮਾਂ ਤਾਂ ਬਹੁਤ ਸਿੱਧਰੀ ਹੈ ਇਹ ਪੁੱਤ ਪਛਾਣ ਮੈਂ ਤੇਰੀ ਮਾਂ ਪਿਆਰੀ ਮੈਂ ਸੋਚਿਆ ਬੀਬੇ ਤਾਂ ਨਾਲ ਠੀਕ ਹੈ ਮੈਂ ਬੇਜੇ ਬੀਬੇ ਤੂੰ ਜਵਾਰ ਕਿੱਦਾਂ ਹੋ ਗਈ ਕਹਿੰਦੀ ਵੇ ਪੁੱਤ ਕੀ ਦੱਸਾਂ ਜਿਹੜੀਆਂ ਤੂੰ ਗੋਲੀਆਂ ਭੇਜੀਆਂ ਸੀ ਨਾ ਸ੍ਰੀਨਗਰ ਇੱਕ ਦਿਨ ਪੁੱਤ ਮੇਰਾ ਸਿਰ ਦੁਖਿਆ ਵੇ ਪੁੱਤ ਮੈਂ ਤਾਂ ਇੱਕ ਗੋਲੀ ਖਾ ਲਈ ਮੈਂ ਤਾਂ ਜਵਾਰ ਹੋ ਗਈ ਮੈਂ ਬੇਬੇ ਵਧਾਈਆਂ ਮੁਬਾਰਕਾਂ ਮੈਂ ਤੂੰ ਤਾਂ ਜਵਾਰ ਹੋ ਗਈ ਮੈਨੂੰ ਮਹੱਲੇ 'ਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਵੀ ਕਹਿੰਦੀ ਕਿਉਂ ਮੈਂ ਗੱਲ ਸੁਣੂ ਮੈਂ 2 ਮਹੀਨੇ ਬਾਅਦ ਮੁੜ ਕੇ ਆ ਗਿਆ ਸ੍ਰੀਨਗਰੋਂ ਮੈਂ ਕਿਹਾ ਜਿਹੜਾ ਗੋਦ ਵਿੱਚ ਚੁੱਕੀ ਫਿਰਦੀਆਂ ਇਹ ਮੇਰਾ ਭਰਾ 2 ਮਹੀਨੇ 'ਚ ਕਿੱਦਾਂ ਜੰਮ ਪਿਆ ਕਹਿੰਦੀ ਮੈਂ ਮਰ ਜੜਿਆ ਤੇਰਾ ਭਰਾ ਨਹੀਂ ਤੇਰਾ ਡੈਡੀ ਇਹਨੇ 2 ਖਾ ਲਈਆਂ ਮੈਂ ਕਿਹਾ ਸ਼ੁਕਰ 2 ਹੀ ਖਾ ਲਈਆਂ 3 ਖਾ ਲੈਂਦਾ ਬਾਪੂ ਦਾ ਬੈਗ ਗੇਅਰ ਲੱਗ ਜਾਣਾ ਸੀ ਉਹਨੇ ਪਾਕਿਸਤਾਨ 'ਚੋਂ ਲੱਭਣਾ ਸੀ 3 ਜੀ ਵੀ ਖਾ ਲੈਂਦਾ ਸੋ ਇੱਦਾਂ ਦੀਆਂ ਦਵਾਈਆਂ ਵੀ ਚੱਲਦੀਆਂ ਨੇ ਖੈਰ ਆਪਾਂ ਉਹ ਦਵਾਈਆਂ ਨਹੀਂ ਲੈਂਦੇ ਦੂਸਰੀ ਜਿਹੜੀ ਦਵਾਈ ਆ